ਇੰਡੀਅਨ ਟਾਈਮਸ ਡੇਲੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਭਾਰਤ ਦੀਆਂ 10 ਮੁੱਖ ਖਬਰਾਂ ਹਨ। ਕੇਂਦਰ ਨੇ ਜੰਮੂ ਕਸ਼ਮੀਰ ਵਿੱਚ ਆਤੰਕਵਾਦ ਵਿਰੋਧੀ ਅਭਿਆਨਾਂ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਸੁਰੱਖਿਆ ਬਲਾਂ ਨੂੰ ਘਾਟੀ ਵਿੱਚ ਹਿੰਸਾ ਫੈਲਾਉਣ ਵਾਲੇ ਲੋਕਾਂ ਨੂੰ ਖਤਮ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਖੁਫੀਆ ਜਾਣਕਾਰੀ ਦੇ ਮੁਤਾਬਿਕ ਆਤੰਕਵਾਦੀ ਸ਼ਾਂਤੀ ਵਾਰਤਾ ਵਿੱਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਕਰੋੜਪਤੀ ਵਿਵਸਾਈ ਤੋਂ ਰਾਜਨੇਤਾ ਬਣੇ ਥਾਮਸ ਚੈਂਡੀ ਨੇ ਕੇਰਲਾ ਦੇ ਸੀਐਮ ਪਿਨਾਰਾਈ ਵਿਜੇਯਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ। ਵਿਜੇਯਨ ਸਰਕਾਰ ਨੂੰ ਉਸ ਟਾਈਮ ਝਟਕਾ ਲੱਗਿਆ ਜਦ ਕੇਰਲਾ ਹਾਈ ਕੋਰਟ ਨੇ ਚੈਂਡੀ ਦੁਆਰਾ ਅਲਫੋਜ਼ਾ ਦੇ ਕਲੈਕਟਰ ਦੀ ਰਿਪੋਰਟ ਨੂੰ ਚੁਣੌਤੀ ਦੇਣ ਵਾਲੀ ਯਾਚਿਕਾ ਨੂੰ ਖਾਰਜ ਕਰ ਦਿੱਤਾ। ਚੈਂਡੀ ਉੱਤੇ ਰਿਸੋਰਟ ਦੀ ਜ਼ਮੀਨ ਹੜਪਣ ਦਾ ਆਰੋਪ ਲਗਾਇਆ ਗਿਆ ਹੈ। ਹਾਲ ਹੀ ਵਿੱਚ GST ਪਰਿਸ਼ਦ ਦੀ ਬੈਠਕ ਵਿੱਚ GST ਦਰਾਂ ਦਾ ਸਭ ਤੋਂ ਵਿਆਪਕ ਕਾਇਆ ਪਲਟ ਤੈਅ ਕੀਤਾ ਗਿਆ ਹੈ। ਸਾਰੇ ਰੈਸਟੋਰੈਂਟਸ ਉੱਤੇ ਟੈਕਸ ਨੂੰ ਘਟਾ ਕੇ 5% ਕਰ ਦਿੱਤਾ ਗਿਆ ਹੈ ਅਤੇ 178 ਚੀਜ਼ਾਂ ਉੱਤੇ ਟੈਕਸ ਘਟਾ ਦਿੱਤਾ ਗਿਆ ਹੈ ਜੋ ਬੁੱਧਵਾਰ ਤੋਂ ਪ੍ਰਭਾਵੀ ਹੋ ਗਿਆ ਹੈ। ਸਿਰਫ 50 ਉਤਪਾਦਾਂ ਨੂੰ ਹੀ 28% ਸਲੈਬ ਵਿੱਚ ਰੱਖਿਆ ਗਿਆ ਹੈ। ਸੈਨਾ ਦੇ ਪ੍ਰਮੁੱਖ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਉੱਤਰੀ ਅਤੇ ਪੱਛਮੀ ਦੋਨੋਂ ਸੀਮਾਵਾਂ ਉੱਤੇ ਬਖਤਰਬੰਦ ਟੈਂਕਾਂ ਨੂੰ ਚਲਾਉਣ ਦੀ ਸ਼ਮਤਾ ਹੋਣੀ ਚਾਹੀਦੀ ਹੈ। ਕੁਝ ਦਿਨਾਂ ਪਹਿਲਾਂ ਸੈਨਾ ਨੇ ਸਟ੍ਰੈਟੇਜਿਕ ਪਾਰਟਨਰਸ਼ਿਪ ਮਾਡਲ ਦੇ ਤਹਿਤ ਭਵਿੱਖ ਵਿੱਚ ਤਿਆਰ ਹੋਣ ਵਾਲੇ ਕੰਬੈਟ ਵਾਹਨਾਂ ਦੀ ਡਿਵੈਲਪਮੈਂਟ ਉੱਤੇ ਮੈਨੂਫੈਕਚਰਿੰਗ ਦੀ ਸੂਚਨਾ ਜਾਰੀ ਕੀਤੀ ਸੀ। ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨੂੰ 2017 ਵਿੱਚ ਇਕੱਠੇ ਹੋਏ 787 ਕਰੋੜ ਰੁਪਏ ਨੂੰ ਪਰਿਆਵਰਨ ਉੱਤੇ ਖਰਚ ਕਰਨ ਦੀ ਅਸਫਲਤਾ ਦਾ ਦੋਸ਼ੀ ਠਹਿਰਾਇਆ ਹੈ। ਇਸ ਦੇ ਨਾਲ ਹੀ ਮੋਦੀ ਸਰਕਾਰ ਉੱਤੇ ਪ੍ਰਦੂਸ਼ਣ ਨੂੰ ਰੋਕਣ ਲਈ ਬਣਾਈ ਗਈ ਪਰਿਯੋਜਨਾਵਾਂ ਵਿੱਚ ਰੁਕਾਵਟ ਪਾਉਣ ਦਾ ਆਰੋਪ ਵੀ ਲਗਾਇਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਜ ਦੇ 17ਵੇਂ ਫਾਊਂਡੇਸ਼ਨ ਡੇ ਦੇ ਮੌਕੇ ਉੱਤੇ ਝਾਰਖੰਡ ਵਿੱਚ 3,455 ਕਰੋੜ ਰੁਪਏ ਦੀ ਯੋਜਨਾਵਾਂ ਦਾ ਤੋਹਫ਼ਾ ਦਿੱਤਾ। ਰਾਸ਼ਟਰਪਤੀ ਨੇ ਰਾਜ ਵਿੱਚ 290 ਕਰੋੜ ਰੁਪਏ ਦੀ ਲਾਗਤ ਵਾਲੀ 108 ਐਂਬੂਲੈਂਸ ਸੇਵਾ ਵੀ ਸ਼ੁਰੂ ਕੀਤੀ। ਚੀਨ ਦੇ ਇੱਕ ਵਿਸ਼ੇਸ਼ੱਗੇ ਨੇ ਕਿਹਾ ਕਿ ਭਾਰਤ ਅਤੇ ਚੀਨ ਦੇ ਲਈ ਇੱਕ ਸੰਪੂਰਨ ਯੁੱਧ ਹੀ ਆਖਰੀ ਆਪਸ਼ਨ ਹੈ। ਉਹਨਾਂ ਨੇ ਕਿਹਾ ਕਿ ਬੀਜਿੰਗ ਚੀਨ ਅਤੇ ਭਾਰਤ ਦੇ ਸੰਬੰਧਾਂ ਨੂੰ ਸੀਨੋ ਰਸ਼ੀਅਨ ਸੰਬੰਧਾਂ ਦੇ ਸਮਾਨ ਹੀ ਉੱਚ ਰਣਨੀਤਿਕ ਤੱਕ ਪਹੁੰਚਦਾ ਦੇਖਣਾ ਚਾਹੁੰਦੇ ਹੈ। ਇੱਕ ਅਦਾਲਤ ਨੇ ਕਸ਼ਮੀਰੀ ਅਲਗਾਵਾਦੀ ਨੇਤਾ ਸ਼ਬੀਰ ਸ਼ਾਹ ਅਤੇ ਕਥਿਤ ਹਵਾਲਾ ਵਪਾਰੀ ਮੁਹੰਮਦ ਅਸਲਮ ਵਾਨੀ ਦੇ ਖਿਲਾਫ਼ ਮਨੀ ਲਾਂਡਰਿੰਗ ਮਾਮਲੇ ਵਿੱਚ ਆਰੋਪ ਤੈਅ ਕਰ ਦਿੱਤੇ ਹਨ। ਵਾਨੀ ਨੂੰ ਅਗਸਤ ਵਿੱਚ ਸ਼ਾਹ ਨੂੰ 2.25 ਕਰੋੜ ਰੁਪਏ ਦਾ ਹਵਾਲੇ ਦਾ ਪੈਸਾ ਦੇਣ ਦੇ ਆਰੋਪ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਐਨਵਾਇਰਮੈਂਟਲ ਆਰਗੇਨਾਈਜੇਸ਼ਨ ਜਰਮਨ ਵਾਚ ਦੇ ਮੁਤਾਬਿਕ ਇਸ ਸਾਲ ਦੇ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ 2018 ਵਿੱਚ 56 ਦੇਸ਼ਾਂ ਅਤੇ ਯੂਰੋਪੀਅਨ ਯੂਨੀਅਨ ਵਿੱਚੋਂ ਭਾਰਤ 14ਵੇਂ ਥਾਂ ਉੱਤੇ ਹੈ। ਗ੍ਰੀਨਹਾਊਸ ਐਮਿਸ਼ਨ ਘੱਟ ਕਰਨ ਵਿੱਚ ਪਿਛਲੇ ਸਾਲ ਭਾਰਤ 20ਵੇਂ ਥਾਂ ਉੱਤੇ ਸੀ, ਜਿੱਥੇ ਭਾਰਤ ਨੇ ਇਲੈਕਟ੍ਰਿਸਿਟੀ ਸੈਕਟਰ ਨੂੰ ਗ੍ਰੀਨ ਟੈਕਨੋਲੋਜੀ ਵਿੱਚ ਤਬਦੀਲ ਕਰ ਦਿੱਤਾ ਹੈ। ਸ਼੍ਰੀ ਰਾਜਪੂਤ ਕਰਨੀ ਸੈਨਾ ਨੇ 1 ਦਸੰਬਰ ਨੂੰ ਭਾਰਤ ਬੰਦ ਦਾ ਐਲਾਨ ਕੀਤਾ ਹੈ ਅਗਰ ਸੰਜੇ ਲੀਲਾ ਬੰਸਾਲੀ ਦੀ ਫਿਲਮ ਪਦਮਾਵਤੀ ਤੈਅ ਡੇਟ ਉੱਤੇ ਰਿਲੀਜ਼ ਕੀਤੀ ਗਈ। ਇਸ ਫਿਲਮ ਵਿੱਚ ਰਾਜਪੂਤ ਰਾਣੀ ਪਦਮਾਵਤੀ ਦੇ ਗਲਤ ਚਿੱਤਰਨ ਦਾ ਆਰੋਪ ਲਗਾਇਆ ਗਿਆ ਹੈ। ਵੱਧਦੇ ਵਿਵਾਦ ਅਤੇ ਵੱਧਦੇ ਖਤਰਿਆਂ ਦੇ ਕਾਰਨ ਮਹਾਰਾਸ਼ਟਰ ਸਰਕਾਰ ਨੇ ਫਿਲਮ ਨਿਰਮਾਤਾ ਦੇ ਲਈ ਅਹਿਤਿਆਤੀ ਸੁਰੱਖਿਆ ਬੰਦੋਬਸਤ ਕੀਤੀ ਹੈ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਦੇ ਨਾਲ ਜਲਦੀ ਵਾਪਸ ਆਵਾਂਗੇ।